ਦੱਸ ਦਈਏ ਕਿ ਮਹਿਲਾ ਕਿਸਾਨ ਨੇਤਾ ਦੇ ਘਰ NIA ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਇਸ ਦੌਰਾਨ ਮੌਕੇ ਤੇ ਮਹਿਲਾ ਕਿਸਾਨ ਨੇਤਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਛਾਪੇ ਦੇ ਦੌਰਾਨ ਦੱਸ ਦਈਏ ਕਿ ਕਿਸਾਨ ਯੂਨੀਅਨ ਦੇ ਵੱਲੋਂ ਵੀ NIA ਦਾ ਘਿਰਾਓ ਕੀਤਾ ਗਿਆ ਤੇ ਉਹਨਾਂ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਤਾਂ ਰਾਮਪੁਰਾ ਫੂਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਦੇ ਘਰ ਦੇ ਵਿੱਚ NIA ਦੇ ਵੱਲੋਂ ਇਹ ਰੇਡ ਕੀਤੀ ਗਈ ਜਿੱਥੇ ਮੌਕੇ ਤੇ ਮਹਿਲਾ ਕਿਸਾਨ ਨੇਤਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਦੱਸ ਦਈਏ ਕਿ NIA ਸਵੇਰੇ ਕਰੀਬ 5 ਵਜੇ ਕਿਸਾਨ ਨੇਤਾ ਦੇ ਘਰ ਆਉਂਦੀ ਹੈ ਤਾਂ ਜਿਵੇਂ ਇਹ ਜਾਣਕਾਰੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਲੱਗਦੀ ਹੈ ਤੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਇਸ ਕਾਰਵਾਈ ਦਾ ਜੰਮ ਕੇ ਵਿਰੋਧ ਕਰਦੇ ਨੇ ਤਾਂ ਮਿਲੀ ਜਾਣਕਾਰੀ ਅਨੁਸਾਰ ਟੀਮ ਨੂੰ ਮੌਕੇ ਤੋਂ 2 ਪੈਨ ਡਰਾਈਵ ਅਤੇ 1 ਮੋਬਾਈਲ ਫੋਨ ਵੀ ਬਰਾਮਦ ਹੁੰਦਾ ਹੈ ਜੋ ਕਿ ਉਹ ਆਪਣੇ ਨਾਲ ਲੈ ਜਾਂਦੇ ਨੇ ਤਾਂ ਇਸੇ ਦੌਰਾਨ ਕਿਸਾਨਾਂ ਨੇ NIA ਦੀ ਟੀਮ ਦਾ ਘਿਰਾਓ ਵੀ ਕੀਤਾ ਤਾਂ ਲੋਕਾਂ ਦਾ ਕਹਿਣਾ ਸੀ ਕਿ ਜੇ ਰੇਡ ਕਰਨੀ ਸੀ ਤਾਂ ਉਸ ਸਮੇਂ ਕਰਨੀ ਸੀ ਜਦੋਂ ਉਹ ਘਰ ਦੇ ਵਿੱਚ ਹੁੰਦੇ ਸੀ ਤਾਂ ਮਹਿਲਾ ਕਿਸਾਨ ਨੇਤਾ ਸੀ ਇਹ ਘਰ ਦੇ ਵਿੱਚ ਨਹੀਂ ਹੁੰਦੇ ਤਾਂ ਉਸ ਸਮੇਂ ਸਵੇਰੇ 5 ਵਜੇ NIA ਦੀ ਟੀਮ ਪਹੁੰਚਦੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਜਾਂਦਾ ਕਈ ਸਮਾਨ ਉਥਲ ਪੁਥਲ ਕੀਤਾ ਗਿਆ ਜਿਸ ਦੇ ਵਿੱਚ 2 ਪੈਨ ਡਰਾਈਵ ਅਤੇ 1 ਮੋਬਾਈਲ ਫੋਨ ਬਰਾਮਦ ਹੁੰਦਾ ਜੋ ਕਿ ਉਹ ਆਪਣੇ ਨਾਲ ਲੈ ਜਾਂਦੇ ਨੇ ਇਹ ਹੈ ਵੀ ਅੱਜ ਤੜਕੇ 5 ਵਜੇ NIA ਦੀ ਰੇਡ ਪਈ ਆਪਾਂ NIA ਦੀ ਰੇਡ ਹੈ ਲਖਨਊ ਤੋਂ ਮੰਨ ਲਓ ਲਖਨਊ ਦਾ ਕੋਈ 23 ਦਾ ਕੇਸ ਹੈ ਉਹ ਇਹਨਾਂ ਨੇ ਇਹ ਕਹਿ ਰਿਹਾ ਸੀ ਉੱਥੇ ਕਿਸੇ ਮਤਲਬ ਕੇਸ 'ਚ ਕੋਈ ਜ਼ਿਕਰ ਆਇਆ ਜਾਣਦੀ ਜਿਸ ਕਰਕੇ ਜਾਣਦੀ ਇਹਨਾਂ ਨੇ ਆ ਕੇ ਰੇਡ ਕੀਤੀ ਸੀ ਉੱਥੋਂ ਕੋਰਟ ਦੇ ਵਾਰੰਟ ਸੀਗੇ ਸਰਚ ਵਾਰੰਟ ਘਰ ਦੇ ਅਰੈਸਟ ਵਾਰੰਟ ਨਹੀਂ ਸੀ ਸਰਚ ਵਾਰੰਟ ਸੀ ਉਹਨਾਂ ਨੇ ਆਪਣੇ ਘਰ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਉਹਨਾਂ ਨੂੰ ਜਾਣੀ ਕਿ ਜਿਹੜੇ ਸਾਡੇ ਘਰ ਦੇ ਵਿੱਚ ਕੋਈ ਮਤਲਬ ਅਲੱਗ ਅਲੱਗ ਜਿਹੜੀਆਂ ਮਾਸ ਸੰਗਠਨ ਨੇ ਉਹਨਾਂ ਦਾ ਕੋਈ ਪੈਂਫਲੈਟ ਲੀਫਲੈਟ ਕੋਈ ਹੋਰ ਇਸ ਟਾਈਪ ਦਾ ਜਿਹੜਾ ਹੈਗਾ ਬੁੱਕਲੈਟ ਮਤਲਬ ਉਹ ਇਕੱਠੇ ਕਰਕੇ ਲੈ ਕੇ ਗਏ ਨੇ 29 ਦੇ ਕਰੀਬ ਉਹ ਹੈਗੀਆਂ ਮੇਰਾ ਮੋਬਾਈਲ ਲੈ ਕੇ ਗਏ ਨੇ ਅਤੇ ਸਾਡੇ ਜਣੇ ਦੀ ਜੇ ਕਹਿਣਾ ਹੋਵੇ 3-4-5 ਦੇ ਕਰੀਬ ਪੈਨ ਡਰਾਈਵ ਲੈ ਕੇ ਗਏ ਨੇ ਮੰਨ ਲਓ ਇਹ ਚੀਜ਼ਾਂ ਇੱਥੋਂ ਉਹ ਕਰਕੇ ਲੈ ਕੇ ਗਏ ਨੇ ਜਿਹਦੇ 'ਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਹੈਗੀ ਮਤਲਬ ਜਿਹੜੀ ਹੈਗੀ ਹੈ ਇੱਥੋਂ ਆਪਣੇ ਘਰੋਂ ਉਹਨਾਂ ਨੂੰ ਮਿਲੀ ਹੋਵੇ ਕੋਈ ਅਸਲਾ ਮਿਲਿਆ ਹੋਵੇ ਕੋਈ ਮਾਮਲਾ ਨਹੀਂ ਹੈ ਜਿਹਦੇ ਕਰਕੇ ਜਾਣਦੀ ਇਹਨਾਂ ਨੇ ਜਾਣੀ ਅਸਲ 'ਚ ਜਿਹੜੇ ਸਰਚ ਵਾਰੰਟ ਨੇ ਇਹ ਇੱਕ ਨਵਾਂ ਕੇਸ ਪਲਾਂਟ ਕਰਨ ਦੀ ਖਾਤਰ ਇਹ ਇਹਨਾਂ ਦੀ ਐਕਸਰਸਾਈਜ਼ ਹੈ ਜਿਹੜੀ ਮੈਂ ਸਮਝਦਾ ਮਤਲਬ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਜਾਣੀ ਦਿੱਲੀ ਅੰਦੋਲਨ ਚੱਲਿਆ ਕਬੱਡੀ ਮੂਵਮੈਂਟ ਚੱਲੀ ਹੁਣ ਸ਼ੰਭੂ ਉਸਤੇ ਜਿਹੜੀ ਮੋਦੀ ਗੌਰਮੈਂਟ ਹੈ ਮੋਦੀ ਗੌਰਮੈਂਟ ਲਗਾਤਾਰ ਹਾਰੀ ਹੈ ਪੰਜਾਬ 'ਚੋਂ ਵੀ ਹਰਿਆਣਾ 'ਚੋਂ ਇਹ ਇੱਕ ਜਾਣੀ ਇਹ ਇੱਕ ਇਹੋ ਜਿਹੀ ਉਹ ਬਣ ਰਹੀ ਹੈ ਇੱਧਰ ਮੂਵਮੈਂਟ ਜਾਣੀ ਜਿਹਦੇ ਕਰਕੇ ਜਾਣੀ ਉਹਨਾਂ ਨੂੰ ਇਹ ਹੈਗਾ ਵੀ ਜਿਹੜੇ ਵਿਅਕਤੀ ਮੇਨ ਉਹ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਲੀਡ ਕਰ ਸਕਦੇ ਨੇ ਜਿਹੜੇ ਉਹਨਾਂ ਨੂੰ ਉਹ ਟਾਰਗੇਟ ਕਰ ਰਹੇ ਨੇ ਪਲਾਂਟ ਪਹਿਲਾਂ ਹੀ ਉਹ ਕਰ ਰਹੇ ਨੇ ਜਿਸ ਕਰਕੇ ਜਾਣੀ ਮੋਦੀ ਗੌਰਮੈਂਟ ਇਸ ਉਸ 'ਤੇ ਹੈ ਅਤੇ NIA ਇੱਕ ਇਹੋ ਜਿਹਾ ਇਹਨਾਂ ਨੇ ਠਾਣਾ ਬਣਾ ਲਿਆ ਸੈਂਟਰ ਲੈਵਲ 'ਤੇ ਜਿਹਦੇ ਕਰਕੇ ਜਾਣੀ ਜਿੱਥੇ ਵੀ ਇਹਨਾਂ ਨੂੰ ਇਹ ਲੱਗਦਾ ਵੀ ਸਾਡਾ ਵਿਰੋਧੀ ਕੋਈ ਬੈਠਾ ਜਾਣੀ ਉਹਨੂੰ ਟਾਰਗੇਟ ਕਰਨ ਲਈ ਲੋਕਲ ਪੁਲਿਸ ਨੂੰ ਵੀ ਬਾਈਪਾਸ ਕਰਕੇ ਸਿੱਧੀ ਰੇਲ ਠੋਕਦੇ ਨੇ ਉਹ ਕੋਈ ਵੀ ਬਹਾਨਾ ਘੜਦੇ ਨੇ ਉਹ ਇੱਥੇ ਆਪਣੇ ਲਖਨਊ ਵਾਲਾ ਘੜ ਲਿਆ ਮਤਲਬ ਕੋਈ ਹੋਰ ਘੜ ਸਕਦੇ ਨੇ ਜਿਵੇਂ ਭੀਮਾ ਕੋਰੇਗਾਓਂ ਦੇ ਵਿੱਚ ਜਿਹੜਾ ਕੇਸ ਸੀਗਾ ਉਹਦੇ 'ਤੇ ਜਿਹੜਾ ਵੀ ਜਿੱਥੋਂ ਕੋਈ ਮਿਲਿਆ ਜਾਣੀ ਅਸਲ 'ਚ ਇਹ ਇਸ ਤਰ੍ਹਾਂ ਦਾ ਕੇਸ ਪਲਾਂਟ ਕਰਦੇ ਨੇ ਉਹਦੇ 'ਚੋਂ ਜਾਣੀ ਦੀ ਜਿਹੜਾ ਹੈਗਾ ਜਾਣੀ ਦੀ ਮਤਲਬ ਜੇ ਕੋਈ ਉਹਨਾਂ ਨੂੰ ਮਾੜਾ ਮੋਟਾ ਮਿਲਦਾ ਜਾਣੀ ਦੀ ਉਹਨੂੰ ਉਹ ਕਰਕੇ ਜਾਣੀ ਦੀ
ਤੇ ਜੇ ਨਾ ਵੀ ਮਿਲੇ ਤਾਂ ਉਹ ਖੁਦ ਵੀ ਜਾਣਗੇ ਇਹ ਪਿਛਲੇ ਕੇਸਾਂ ਦੇ ਵਿੱਚ ਹੋਇਆ ਵੀ ਖੁਦ ਉਹ ਕੰਪਿਊਟਰਾਂ ਦੇ ਵਿੱਚ ਹੋਰ ਦੇ ਵਿੱਚ ਚੀਜ਼ਾਂ ਮਤਲਬ ਇੰਜੈਕਟ ਕਰ ਦਿੰਦੇ। ਮੇਰੇ ਤੇ UAP ਦਾ ਕੇਸ ਬਣਿਆ ਸੀ 11 ਦੇ ਵਿੱਚ, ਉਹ ਚੋਂ ਮੈਂ ਬਰੀ ਹੋ ਚੁੱਕਿਆ, UAP ਖਾਰਜ ਹੋ ਚੁੱਕੀ ਹੈ ਜਾਣਦੀ। ਮਤਲਬ ਅਸਲ ਮੇਰੇ ਤੇ ਇਹਨਾਂ ਨੇ ਪਾਇਆ ਸੀ, ਉਹਦੇ ਤਾਂ ਮੇਰੇ ਮਤਲਬ ਦੇਖਣਾ ਮੈਨੂੰ ਸਜ਼ਾ ਹੋ ਗਈ ਸੀ 3 ਸਾਲ ਦੀ, ਉਹ ਸਜ਼ਾ ਤਹਿਤ ਜਾਣਦੀ ਮੈਂ ਹੁਣ ਜਿਹੜਾ ਹੈਗਾ ਜਾਣਦੀ ਮਤਲਬ ਬੇਲ ਤੇ, ਤੇ ਮੇਰਾ ਜਿਹੜਾ ਕੇਸ ਹੈ ਉਹ ਹਾਈ ਕੋਰਟ 'ਚ ਪੈਂਡਿੰਗ ਆ ਜਾਣਦੀ ਮੇਰੀ ਅਪੀਲ ਕੀਤੀ ਹੋਈ। ਤੁਸੀਂ ਕਿਹੜੀ ਜਿੱਥੇ ਹੁੰਦੀ ਤਾਂ ਅਸਲ 'ਚ ਮੈਂ ਮੈਗਜ਼ੀਨ ਦਾ ਐਡੀਟਰ ਰਿਹਾ ਜਾਣਦੀ, ਮਤਲਬ ਮੇਰੀ ਵਾਈਫਾਈ ਜਿਹੜੀ ਮੈਂ ਵੀ ਜਾਣਦੀ ਕਿਸਾਨ ਯੂਨੀਅਨ ਦੇ ਵਿੱਚ ਜਾਂ ਜਿਹੜੀ ਐਸ ਟੀ ਜੀ ਹੋਰ ਆਰਗਨਾਈਜੇਸ਼ਨਾਂ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਸਵਾਲ ਜਵਾਬ ਵਾਲਾ ਕੋਈ ਹੋਇਆ ਨਹੀਂ ਹੈ। ਉਹਨਾਂ ਨੇ ਸਰਚ ਕੀਤੀ ਹੈ, ਉਹਨਾਂ ਨੇ ਮਤਲਬ ਇਸ ਟਾਈਪ ਦਾ ਉਹ ਕੀਤਾ ਜਾਣਦੀ, ਉਹਦੇ ਕੋਈ ਮੇਰੇ ਨਾਲ ਕੋਈ ਮਿਸਬਿਹੇਵ ਕੀਤਾ ਹੋਵੇ ਕੋਈ ਜਾਣਦੀ, ਜਾਂ ਆਪਾਂ ਕੋਈ ਉਹ ਕੀਤਾ ਹੋਵੇ ਇਹ ਜਾਂ ਕੋਈ ਤਰ੍ਹਾਂ ਇਹ ਸਰਚ ਫਰੰਟ ਆਏ ਸੀ ਹੁਣ ਵੀ UAP ਵਾਲਾ ਕੇਸ ਉਹਦੇ ਵਿੱਚ ਹੈਗਾ। ਮਤਲਬ ਇਹ ਕਹਿਣ ਦੀ ਇੱਕ ਤਰ੍ਹਾਂ ਦਾ ਨਵਾਂ ਕੇਸ ਜਿਹੜਾ ਪਲਾਂਟ ਕਰਨ ਦੀ ਯੋਜਨਾ, ਮੈਂ ਇਹ ਸਮਝ ਉਹ ਲਾਉਂਦਾ UAP ਇਹ। ਅੱਜ ਮਾਰਨਿੰਗ ਜਿਹੜੀ ਹੈਗੀ ਹੈ ਇੱਥੇ ਸ੍ਰੀ ਰਾਮਪੁਰੀ ਦੇਰੀ ਦੇ ਵਿੱਚ ਇੱਕ NI ਦੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ, ਇਹਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ। ਉਸ ਸੰਬੰਧ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਇਸ ਬਾਣੇ ਇੱਥੇ ਆਏ ਸੀਗੇ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਿਸ ਵੱਲੋਂ ਸਾਡੇ ਲਾਅ ਐਂਡ ਆਰਡਰ ਨੂੰ ਬਹਾਲ ਰੱਖਣੇ ਸਾਡੇ ਵੱਲੋਂ ਫੋਰਸ ਡਿਪਲੋਏ ਕੀਤੀ ਗਈ ਸੀਗੀ। ਸਰ ਹੁਣ ਜਿਹੜੀ ਆਪਣੀ NI ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ, ਅਤੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਉਹਨੂੰ ਪੀਸਫੁਲ ਰੱਖਿਆ ਗਿਆ ਅਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮੀਕੇਬਲੀ ਜਿਹੜਾ ਹੈਗਾ ਰਿਜ਼ੋਲਵ ਕਰ ਲਏ। ਸਰ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ, ਅਤੇ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾ ਗਾ, ਕੋਈ ਸ਼ਿਕਾਇਤ ਵਗੈਰਾ ਦਿੱਤੀ ਗਈ ਉਹਨੂੰ? ਦੇਖੋ ਮਾਰਨਿੰਗ ਸ਼ਾਇਦ 5:30 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਹੈਗੀ ਸੀ ਹੋਈ ਸੀ, ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ, ਅਤੇ ਤਕਰੀਬਨ 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ। ਅਤੇ ਜਦੋਂ ਮੌਕਾ ਦੇ ਉੱਪਰ ਜਿਹੜੇ ਹੈਗੇ ਹੈ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਸੀਗੇ ਇੱਥੇ ਆਏ ਸੀਗੇ, ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ। ਮੌਕਾ ਦੇ ਉੱਪਰ ਸਾਡਾ ਮੇਨ ਪਰਪਸ ਸੀਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ, ਸੋ ਹੁਣ ਆਪਣੀ NID ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇੱਥੋਂ ਜਾ ਚੁੱਕੀ।